इनू फर्स्ट फ्लोर दिता, सैकेंड फ्लोर से साडा कब्जा हैगा, उत्थे भी हाल बनाए हुए है, साडा भंडारे का समान है, साडा काफी ठीक है। फटो माइक करो अगे। असी साजनजीत सिंह आया सीगा, मुंडे का निक नेम हैगा साजन, वो साढ़े तो किराए लिए आया सीगा कि सानू जगह किराए से चाहिए है। असी उन्होंने किराए से दी सी जगह फर्स्ट फ्लोर दो। असल मालक कौन है जी? असल मालक है रिंकू बाबा जी, डेरा है बाबा बालकनाथ दा, नूराला रोड ते डेरा वा, एक गद्दी मशीन है जी। रिंकू बाबा जी दे नाम ते है। सर किन्ना रेंट लैंदे सी उहदे कोलों? 40,000 रुपए रेंट लैंदे सी। चोर सीगा कि मैं कब्जा करना चाहना। लुधियाने का रहने वाला वा, सेखेवाल का रहने वाला हैगा वा, इहदे फादर का नाम हैगा संत क्लिनिक, डाक्टर की दुकान हैगी है जी। ਉਹ ਪੁੱਤ ਨੇ ਸਾਨੂੰ ਧਮਕੀਆਂ ਦਿੱਤੀਆਂ, ਕਹਿੰਦੇ ਇਹ ਜਗ੍ਹਾ ਖਾਲੀ ਨਹੀਂ ਹੋਣੀ ਹੈ, ਜੋ ਤੁਸੀਂ ਕਰਨਾ ਕਰ ਲਓ। ਕਿੰਨੀ ਦੇਰ ਤੋਂ ਕਬਜ਼ਾ ਉਹਨਾਂ ਦਾ ਜੀ? ਇਹ ਕਬਜ਼ਾ ਕਾਫੀ ਦੇਰ ਤੋਂ ਹੈਗਾ ਜੀ। ਸਰ ਕੋਈ ਰਾਜਨੀਤਿਕ ਪਾਰਟੀ ਦਾ ਕਬਜ਼ਾ ਕੀਤਾ ਔਰ ਬੰਦੇ ਕੌਣ ਨੇ ਭਾਜੀ? ਇਹ ਫਸਟ ਫਲੋਰ ਤੇ ਕਬਜ਼ਾ ਕੀਤਾ ਹੋਇਆ ਵਾ, ਡ੍ਰੀਮ ਜਿਮ ਹੈ ਜੀ। ਮੁੰਡੇ ਦਾ ਨਾਮ ਹੈਗਾ ਸਾਜਨ, ਉਹਦਾ ਪੱਕਾ ਨਾਮ ਹੈਗਾ ਸਾਜਨਜੀਤ ਸਿੰਘ, ਉਹ ਸੇਖੇਵਾਲ ਦੇ ਰਹਿਣ ਵਾਲੇ ਹੈ। ਉਹਨਾਂ ਦੇ ਫਾਦਰ ਦਾ ਕਲੀਨਿਕ ਹੈਗਾ ਸੰਤ ਕਲੀਨਿਕ, ਕਲੀਨਿਕ ਦੇ ਨਾਂ ਤੋਂ ਜੀ। ਹਾਂਜੀ, ਇਹ 3 ਸਾਲ ਹੋ ਗਏ ਜੀ ਜਗ੍ਹਾ ਕਿਰਾਏ 'ਤੇ ਦਿੱਤੇ ਨੂੰ ਜੀ। ਇਹ ਰੈਂਟ ਸੀਗਾ 40,000 ਰੁਪਇਆ, ਸਾਨੂੰ ਰੈਂਟ ਵੀ ਨਹੀਂ ਦਿੱਤਾ, ਸਿਰਫ ਸਾਡੇ ਕੋਲ 1,20,000 ਰੁਪਇਆ ਆਇਆ ਹੋਇਆ ਜੀ ਬਸ। ਅਸੀਂ CP ਸਾਹਿਬ ਦੇ ਪੇਸ਼ ਹੋਏ ਸੀਗੇ ਉੱਥੇ, ਅਸੀਂ CP ਸਾਨੂੰ ਕੰਪਲੇਂਟ ਦਿੱਤੀ ਹੈ, ਕੰਪਲੇਂਟ ਜਿਹੜੀ ਹੈਗੀ ਹੈ ਯੋਧੇ ਵਾਲ ਬਸਤੀ ਹੈਗੀ ਹੈ ਜੀ। ਬਸ ਪਹਿਲੇ ਕਹਿ ਲੱਗ ਪਿਆ ਕਰੋਨਾ ਹੈਗਾ ਵਾ, ਫਿਰ ਕਹਿ ਲੱਗ ਪਿਆ ਮੈਂ ਇੱਕ ਜਿਮ ਹੋਰ ਵੀ ਬਣਾਇਆ ਹੋਇਆ, ਮੇਰਾ ਉੱਥੇ ਬਹੁਤ ਖਰਚਾ ਹੋ ਗਿਆ ਵਾ, ਕੋਈ ਨਾ ਤੁਹਾਨੂੰ ਇਕੱਠੇ ਦੇ ਦਾਂਗਾ। ਸਾਡੇ ਕੋਲ ਟਾਈਮ ਨਹੀਂ, ਸਗੋਂ ਆਪਾਂ ਇਹਨੂੰ ਟਾਈਮ ਦੇ ਰਹੇ ਸੀਗੇ, ਨੋਟਿਸ ਵੀ ਇਹਨੂੰ ਆਪਾਂ ਭੇਜਿਆ, 3 ਮਹੀਨੇ ਦਾ ਅਸੀਂ ਟਾਈਮ ਦਿੱਤਾ ਸੀਗਾ, ਕੋਈ ਅਸੀਂ ਐਂ ਨਹੀਂ ਜਲਦਬਾਜ਼ੀ ਕਿਹਾ ਕਿ ਹੁਣੇ ਖਾਲੀ ਕਰ, ਅਸੀਂ ਨੋਟਿਸ ਦਿੱਤਾ ਬਕਾਇਦਾ ਜੀ, ਇਹ ਦੇਖੋ ਜੀ ਨੋਟਿਸ ਹੈ, 3 ਮਹੀਨੇ ਦਾ ਟਾਈਮ ਦਿੱਤਾ ਸੀਗਾ। ਉਲਟਾ ਫਿਰ ਅਸੀਂ ਇਹਨੂੰ ਕਿਹਾ ਖਾਲੀ ਕਰਨ ਨੂੰ ਕਿ 3 ਮਹੀਨੇ ਦਾ ਟਾਈਮ ਹੈਗਾ, ਉਲਟਾ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ, ਕਿਉਂਕਿ ਕਬਜ਼ਾ ਐਕਚੁਲੀ ਸਾਰਾ ਸਾਡੇ ਕੋਲ ਹੈਗਾ, ਫਸਟ ਫਲੋਰ ਹੀ ਇਹਦੇ ਕੋਲ ਹੈਗਾ, ਕਿਉਂਕਿ ਸਾਡੀ ਬਿਲਡਿੰਗ ਅਸੀਂ ਆਉਣਾ ਜਾਣਾ ਹੈਗਾ ਵਾ। ਸਾਨੂੰ ਇਹ ਧਮਕੀ ਕਹਿੰਦਾ ਮੈਂ ਤੁਹਾਨੂੰ ਮਾਰ ਦੂੰਗਾ ਜੀ, ਜਾਨੋ ਹੀ ਮਾਰ ਦਾਂਗਾ ਇੱਥੇ ਬੜੇ, ਕਿਉਂਕਿ ਹਾਂਜੀ ਹਾਂਜੀ ਮੈਂ ਪੁਲਿਸ ਦੇ CP ਸਾਹਿਬ ਦੇ ਪੇਸ਼ ਹੋ ਗਏ, ਮੈਂ ਧਮਕੀ ਦੇ ਇੱਥੇ CP ਸਾਹਿਬ ਦੇ ਪੇਸ਼ ਹੋਇਆ ਸੀਗਾ, ਦਰਖਾਸਤ ਦਿੱਤੀ, ਦਰਖਾਸਤ ਮੇਰੀ ਯੋਧੇ ਵਾਲ ਬਸਤੀ ਆ ਗਈ ਭਾਜੀ। ਮੈਨੂੰ ਪਤਾ ਹੀ ਨਹੀਂ ਸੀਗਾ, ਮੈਂ ਤਾਂ ਪਿਆਰ ਨਾਲ ਸਮਝਾਉਣ ਆਇਆ ਸੀਗਾ, ਉਲਟਾ ਮੈਨੂੰ ਕੀ ਪਤਾ ਸੀ ਇਹ ਤਿਆਰੀ ਕਰਕੇ ਬੈਠੇ ਹੋਏ ਆ। ਭਾਜੀ ਕਿਉਂ ਨਹੀਂ ਲਿੱਤੀ ਜਾਂਦੀ ਹੈ? ਹੈਂ ਭਾਜੀ ਮੇਰੇ ਕੋਈ ਨਹੀਂ ਹੈਗੀ ਹੈ, ਮੈਨੂੰ ਇੱਥੇ ਜਿੱਦਾਂ ਹਿਸਾਬ ਨਾਲ ਮੁੰਡਿਆਂ ਦੀਆਂ ਅੱਖਾਂ ਚੜੀਆਂ ਹੋਈਆਂ ਸੀਗੀਆਂ, ਮੁੰਡੇ 10-12 ਇੰਨੇ ਪਹਿਲੇ ਬੁਲਾਏ ਹੋਏ ਸੀਗੇ, ਮੈਂ ਤਾਂ ਸਮਝਾਉਣ ਗਿਆ ਸੀਗਾ, ਮੈਨੂੰ ਸਾਰੇ ਮੁੰਡੇ ਟੁੱਟ ਕੇ ਬਹਿ ਕੇ ਪੂਰਾ ਨਸ਼ਾ ਰੱਜ ਕੇ ਕੀਤਾ ਹੋਇਆ ਸੀਗਾ। ਹਾਂਜੀ ਹਾਂਜੀ, ਮੈਂ ਤਾਂ ਸਿਰਫ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦਾ ਕਿ ਮੈਨੂੰ ਸਾਨੂੰ ਇਨਸਾਫ ਦਿੱਤਾ ਜਾਵੇ, ਕਿਉਂਕਿ ਕਿਸੇ ਦੀ ਜਗ੍ਹਾ ਕਿਸੇ ਦੇ ਕਬਜ਼ਾ ਨਹੀਂ ਕਰਨਾ ਚਾਹੀਦਾ, ਕਿਉਂਕਿ ਬੰਦਾ ਪਤਾ ਨਹੀਂ ਕਿਸ ਹਿਸਾਬ ਨਾਲ ਜਗ੍ਹਾ ਬਣਾਉਂਦਾ ਵਾ। ਉਹਦੇ 'ਤੇ ਹੋਊਗੀ ਜੀ ਕਾਰਵਾਈ, ਅਯੋਧਿਆ ਵਾਲ ਬਸਤੀ ਆਈ ਹੋਈ ਹੈ, ਸਾਨੂੰ ਵਿਸ਼ਵਾਸ ਵੀ ਹੈ ਪ੍ਰਸ਼ਾਸਨ 'ਤੇ ਕਿ ਮਤਲਬ ਕਿ ਸਾਨੂੰ ਇਨਸਾਫ ਦਿਉਂਗੇ ਸਾਨੂੰ। ਅੱਜ ਪ੍ਰੈਸ ਕਾਨਫਰੰਸ ਜਿਹੜੀ ਤੁਸੀਂ ਆਯੋਜਿਤ ਕੀਤੀ ਹੈ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ CP ਨੂੰ ਦਿੱਤੀ ਹੈ ਦਰਖਾਸਤ, ਕਿ ਉਹਨਾਂ ਤੋਂ ਉਮੀਦ ਹੈ ਪ੍ਰੈਸ ਕਾਨਫਰੰਸ ਕਰਨ ਦਾ? ਸਾਡਾ ਇਹ ਮਕਸਦ ਸੀਗਾ ਕਿ ਸਾਨੂੰ ਧਮਕੀਆਂ ਬਹੁਤ ਆਉਣੀਆਂ ਸ਼ੁਰੂ ਹੋ ਗਈਆਂ ਭਾਜੀ, ਕੱਲ੍ਹ ਨੂੰ ਸਾਡੇ ਪਰਿਵਾਰ ਨੂੰ ਕਿਸੇ ਨੂੰ ਕੁਛ ਹੋ ਜੇ ਅਸੀਂ ਕਿੱਥੇ ਜਾਵਾਂਗੇ, ਕਿਉਂਕਿ ਸਾਡੇ ਪਰਿਵਾਰ ਨੂੰ ਕਿਸੇ ਨੂੰ ਵੀ ਕੁਛ ਹੋ ਗਿਆ, ਡ੍ਰੀਮ ਜਿੰਮ ਦਾ ਮਾਲਕ ਸਾਜਨਜੀਤ ਸਿੰਘ ਹੋਊਗਾ, ਨਾਲ ਉਹਦਾ ਫਾਦਰ ਹੋਊਗਾ ਸੰਤ ਕਲੀਨਿਕ ਵਾਲਾ ਸਰਬੰਸ। ਕੀ ਮਾਮਲਾ ਸੀ? ਮੇਰਾ ਨਾਮ ਰਿੰਕੂ ਬਾਬਾ ਜੀ ਦੇ ਨਾਂ ਤੋਂ ਜਾਣਦੇ ਮੈਨੂੰ ਸਾਰੇ, ਅਤੇ ਮੈਂ ਡੇਰੇ 'ਤੇ ਬਹਿਨਾ ਆ, ਸਾਡਾ ਡੇਰਾ ਆ, ਮੰਦਰ ਆ, ਅਤੇ ਇਹ ਜਗ੍ਹਾ ਵੀ ਮੈਂ ਕਿਰਾਏ 'ਤੇ ਦਿੱਤੀ ਹੋਈ ਹੈ ਸਾਜਨ ਨੂੰ, ਦਿੱਤੀ ਸੀਗੀ ਫਸਟ ਫਲੋਰ, ਹੋਰ ਵੀ ਬਾਕੀ ਕਿਰਾਏਦਾਰ ਹੈਗੇ ਆ, ਅਤੇ ਮੈਨੂੰ ਜ਼ਰੂਰਤ ਸੀਗੀ ਬਈ ਜਗ੍ਹਾ ਦੀ, ਅਤੇ ਮੈਂ ਇਹਨੂੰ ਕਿਹਾ ਵੀ ਖਾਲੀ ਕਰ ਦੇ, ਅਤੇ ਫਿਰ ਮੈਨੂੰ ਬਈ ਧਮਕੀਆਂ ਦੇਣ ਲੱਗ ਪਿਆ ਵੀ ਮੈਂ ਨਹੀਂ ਕਰਦਾ ਖਾਲੀ। ਤੁਸੀਂ ਇਹਨੂੰ ਟਾਈਮ ਵੀ ਦਿੱਤਾ ਸੀ 3-4 ਮਹੀਨੇ ਦਾ? ਤੁਸੀਂ ਜੋ ਕਰਨਾ ਕਰ ਲਓ, ਅਤੇ ਫਿਰ ਉਸ ਤੋਂ ਬਾਅਦ
सानू भी धमकियां दे लग पाया भी मैं नहीं करता जे असी आने इतने तो मुंडे आते इतने नशा करके जिम लाते है तो वह भी सानू धमकियां देंदे है भाई इतने नज़र ना आयो बिजनेस किस चीज़ का कर रहे हैं जी किस चीज़ का बिजनेस कर रहे हैं कौन जो कहंदा सी भी करोना चलदा पिया भी मैं तुहानू इकट्ठा दे दूंगा तो उस तो बाद जो असी क्या ना तो तू रेंट दिता सानू तो ना तू हूँ सानू जरूरत है भी खाली कर फिर धमकियां दे लग पे 40,000 हाँ जी 1,20,000 रुपया सानू एडवांस आया जी बस शुरुआत अपनी परसनल अमित कुमार के नाम हाँ जी सारा हाँ जी बिल दे रहे हाँ जी बिल दे रहे हाँ जी बिल दे रहे रणजीत सिंह ते आ मेरे फादर ने सरवण सिंह ते आपा 3 साल तो इत्थे जिम चला रहे हैं ते हर महीने उन्होंने मतलब टाइम पर रेंट दिता वा ते हुण उन्होंने महीने तो कहता कि जिम एकदम खाली कर दो मतलब एकदम आगे बिना कोई नोटिस दिते ओरली सानू कहा कि एकदम खाली कर दो जिम ते तुहानू पता वा 60-70 लाख दी इनवैसटमेंट एकदम बंदा नहीं खाली कर सकता इन्ने क्लाइंट 15 जने अपने तो सैलरी दे आ मतलब कम करते हैं तो फिर आप थले किराएदारों को पुछया कि मतलब तुहानू भी वो कहिंदे सानू किसी नूं नहीं कहा खाली करन नूं सिर्फ सानू कहा खाली करन नूं जिम खास वजह आ जिम तो बाद एक होर जिम खोलिया मैं मतलब इन्हां नूं आ हो गया थोड़ा लालच कि आप ही मतलब जगह पर खोल लिए किसी तरीके इन्हां नूं हटा के ठीक है ना तेन कोई नोटिस देता हूँ मैं दिखा दूँ कोई नोटिस नहीं उन्होंने मैं दिखा दूँ ड्रग्स है तुम दसो हूँ जिम च कौन लेंदा हूँ सारे एक्सरसाइज लाने आते हैं सेहत बनाने आते अपने कोई धमकी नहीं सानू भी बहुत धमकियां दे रहे हैं धमकी तो कोई धमकियां सानू दे रहे अं तो इन्ने मजबूर हाँ मैं तो खुद इन्ना डिप्रैशन चाह मैं खुदकुशी कर जाँगा जो ज़्यादा परेशान करेंगे क्योंकि सब तो जरूरत चीज़ होंगी आ पानी और बिजली ये साढ़े को स्टे होने के बावजूद भी इन्होंने वो दोनों कटवाते हैं नहीं किसे हाँ हाँ बाकी ये अपने को स्टे ऑर्डर या कोर्ट दे हाँ असे लीगली कार्रवाई की है हाँ मतलब अपना लीगली तौर पे चल रहे कुछ नहीं किया जो ना नो तो मतलब वही परेशान कर रहे सानू 2-3 दिन तो जिदा हफ्ते पहले उन्होंने पानी का करता साड़ी मांग आई है कि उन्होंने कहा कि 1 महीने तक खाली कर दो इदा मतलब नहीं होंगे तुम्हें पता साड़ी इनवैसटमेंट लगी हुई है इन्नी इन्ने क्लाइंट कोर्ट केस चल रहा वो लीगली तौर पर कोर्ट से केस लड़ अपना पक्ष रख जो भी उन्होंने है